ਰੰਗਜੀਤ ਨੇ ਫਰਮਾਨ ਕੀਤਾ ਇੱਕ 35 ਸਾਲਾਂ ਦਾ ਨੌਜਵਾਨ ਮੁੰਡਾ ਭੜਕੇ ਉੱਠਿਆ ਉਹ ਕਹਿੰਦਾ ਸਰਕਾਰ ਦੀ ਖਿਦਮਤ ਕਰਾਂਗਾ ਮੈਂ ਜਗੀਰਦਾਰ ਬਣ ਜਾਵਾਂਗਾ ਮੈਨੂੰ ਜਗੀਰਾਂ ਮਿਲਣਗੀਆਂ ਲਾਲਚ ਦੇ ਕੇ ਜਵਾਨੀ ਨੂੰ ਉਕਸਾਇਆ ਗਿਆ ਜਦੋਂ ਸਰਕਾਰਾਂ ਨੇ ਕਿਸੇ ਘੱਟ ਗਿਣਤੀ ਉੱਤੇ ਜ਼ੁਲਮ ਤਸ਼ੱਦਦ ਤੇ ਅਤਿਆਚਾਰ ਕਰਨਾ ਹੋਵੇ ਉਦੋਂ ਆਪਣੇ ਮੁਲਾਜ਼ਮਾਂ ਨੂੰ ਆਪਣੇ ਵਲੰਟੀਅਰਾਂ ਨੂੰ ਲਾਲਚ ਦੇ ਕੇ ਸਰਕਾਰ ਦੂਜਿਆਂ ਉੱਤੇ ਤਸ਼ੱਦਦ ਕਰਾਉਂਦੀ ਹੈ ਤੇ ਉਹਨਾਂ ਦੇ ਰੈਂਕ ਵਧਾਉਂਦੀ ਹੈ ਜਗੀਰਦਾਰ ਦੇ ਬਹਾਨਾ ਬਣਾਉਣ ਕਰਕੇ 10,000 ਸੈਨਾ ਦੇ ਕੇ ਦਿੱਲੀ ਤੋਂ ਭੇਜਿਆ ਉਸਨੇ ਕਸਮ ਖਾਦੇ ਕਿ ਮੈਂ 10 ਦਿਨਾਂ ਦੇ ਅੰਦਰ ਅੰਦਰ ਅਨੰਦਪੁਰ ਵਾਲੇ ਗੁਰੂ ਨੂੰ ਬੰਨ ਕੇ ਦਿੱਲੀ ਦੇ ਦਰਬਾਰ ਵਿੱਚ ਪੇਸ਼ ਕਰਾਂਗਾ ਲੋਕ ਬੜੇ ਖੁਸ਼ ਹੋਏ ਕਿ ਗੁਰੂ ਦਾ ਨਾਂ ਸੁਣ ਕੇ ਜ਼ਮਾਨਾ ਥਰ ਥਰ ਕੰਬਦਾ ਹੈ ਪਰ ਇਹ ਬਹਾਦਰ ਮਿੱਤਰਿਆ ਇਸ ਤੋਂ ਅੱਗੇ ਕੀ ਹੋਇਆ ਕੱਲ੍ਹ ਦੇ ਦੀਵਾਨ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗੇ ਸਾਡੇ ਤੋਂ ਬਾਅਦ ਵਿੱਚ ਆਉਣ ਵਾਲਾ ਪ੍ਰੋਗਰਾਮ ਬੜਾ ਸੁਹਾਵਣਾ ਹੈ ਮੇਰੀ ਕੌਮ ਦੇ ਬਹੁਤ ਅੱਛੇ ਵਿਦਵਾਨ ਕੀਰਤਨੀਏ ਅਤੇ ਸੰਗੀਤ ਆਚਾਰੀਆ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਦੇ ਨਾਲ ਸਾਥ ਦੇ ਰਹੇ ਨੇ ਮੇਰੇ ਛੋਟੇ ਵੀਰ ਭਾਈ ਅਸ਼ੋਕ ਸਿੰਘ ਜੀ ਤੇ ਭਾਈ ਗਿਆਨ ਸਿੰਘ ਜੀ ਦਿੱਲੀ ਸ਼ਹਿਰ ਵਾਲੇ ਜਦੋਂ ਕੀਰਤਨ ਕਰਦੇ ਨੇ ਜੁੜ ਕੇ ਕੀਰਤਨ ਕਰਦੇ ਨੇ ਪ੍ਰਬੰਧਕਾਂ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਹੈ ਸਾਡੇ ਤੋਂ ਬਾਅਦ ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਮੈਂ ਤੁਹਾਡੇ ਕੋਲ ਖਿਮਾ ਮੰਗ ਕੇ ਫਤਿਹ ਬੁਲਾ ਕੇ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਆਪਣਾ ਜਥਾ ਲੈ ਕੇ ਸਟੇਜ ਤੇ ਆਉਣ ਗੁਰੂ ਘਰ ਦੇ ਸੇਵਾਦਾਰ ਵਿਦਵਾਨ ਮੇਰੇ ਛੋਟੇ ਵੀਰ ਭਾਈ ਕੁਲਦੀਪ ਸਿੰਘ ਜੀ ਕਰਨਾਲ ਵਾਲੇ ਉਹ ਮੈਨੂੰ ਕਹਿੰਦੇ ਚਲੋ ਤੁਸੀਂ ਡਿਊਟੀ ਭੁਗਤਾ ਦਿਓ ਅਨਾਊਂਸਮੈਂਟ ਕਰਨ ਦੀ ਠੀਕ ਹੈ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਵੀ ਤੇ ਜਥੇ ਨੂੰ ਜੀਓ ਆਇਆ ਆਖਦਾ ਹਾਂ ਤੁਸੀਂ ਸਾਰਿਆਂ ਨੇ ਕੀਰਤਨ ਦਾ ਮਾਨ ਸਤਿਕਾਰ ਕਰਦੇ ਹਾਂ ਵਿਸਾਖੀ ਦੇ ਪੁਰਬ ਨੂੰ ਮਨਾਉਂਦੇ ਹਾਂ ਬੇਅੰਤ ਮਾਇਆ ਗੁਰੂ ਮਹਾਰਾਜ ਦੇ ਬਚਨਾਂ ਦਾ ਸਤਿਕਾਰ ਕਰਦੇ ਹਾਂ ਭੇਟਾ ਕੀਤੀ ਹੈ ਅਸੀਂ ਆਪਣੇ ਸਮੁੱਚੇ ਢਾਡੀ ਜਥੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਵਾਰ ਫੇਰ ਮੇਰੇ ਛੋਟੇ ਵੀਰ ਜੁਝਾਰ ਸਿੰਘ ਜੀ ਨੇ ਅਰਦਾਸ ਕੀਤੀ ਹੈ ਕਿ ਮਹਾਰਾਜ ਮੈਨੂੰ ਤੰਦਰੁਸਤੀ ਦੇ ਰੋਗਤਾ ਦੀ ਦਾਤ ਬਖਸ਼ੋ ਵਾਹਿਗੁਰੂ ਉਸ ਗੱਭਰੂ ਨੂੰ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰੇ ਠੀਕ ਹੈ ਬੜੀ ਖੁਸ਼ੀ ਹੋ ਰਹੀ ਹੈ ਕਿ ਭਾਈ ਕੁਲਦੀਪ ਸਿੰਘ ਜੀ ਕਰਨਾਲ ਵਾਲੇ ਆਪ ਕੀਰਤਨ ਕਰਨ ਲੱਗੇ ਨੇ ਜੀ ਆਇਆਂ ਨੂੰ ਇਹਨਾਂ ਦੇ ਜਥੇ ਨੂੰ ਮੈਂ ਧੰਨਵਾਦ ਕਰਦਾ ਹਾਂ ਨਾਲੇ ਬੇਨਤੀ ਕਰਦਾ ਹਾਂ ਭਾਈ ਸਾਹਿਬ ਆਓ ਕੀਰਤਨ ਸੁਣਾਓ ਤੇ ਸੰਗਤ ਦੇ ਦਰਸ਼ਨ ਦੀਦਾਰ ਕਰੋ ਉਹ ਕੀਰਤਨ ਕਰ ਰਹੇ ਨੇ ਸਾਨੂੰ ਖੁਸ਼ੀ ਬਖਸ਼ੋ ਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।